ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਮੌਸਮ ਦੀ ਜਿਹੜੀ ਨਵੀਂ ਜਾਣਕਾਰੀ ਆ 12 ਮਾਰਚ ਦੇ ਦਿਨ ਦੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪਾਂ ਰਾਤ ਦੀ ਜਾਣਕਾਰੀ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ 11 ਮਾਰਚ ਦੀ, ਤਾਂ ਉਹਦੇ ਸੰਬੰਧੀ ਜਿਹੜੀ ਜਾਣਕਾਰੀ ਲਈ ਤੁਸੀਂ ਆਪਣੀ ਪਿਛਲੀ ਵੀਡੀਓ ਦੇਖ ਸਕਦੇ ਹੋ ਜਾ ਕੇ ਚੈਨਲ 'ਤੇ। ਅਤੇ ਵੀ 11 ਮਾਰਚ ਜਿਹੜਾ ਸ਼ਾਮ ਤੋਂ ਰਾਤ ਤੱਕ ਦਾ ਮੌਸਮ ਹੈ ਉਹਦੇ ਸੰਬੰਧੀ ਆਪਾਂ ਅਲੱਗ ਤੋਂ ਵੀਡੀਓ ਜਾਰੀ ਕੀਤੀ ਹੈ। ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 12 ਮਾਰਚ ਸਵੇਰ ਤੋਂ ਲੈ ਕੇ ਜਿਹੜਾ ਰਾਤ ਤੱਕ ਦਾ ਮੌਸਮ ਹੈ ਵੀ ਉਹ ਪੰਜਾਬ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ। ਸੋ ਜੇਕਰ ਆਪਾਂ ਸਵੇਰ ਦੇ ਸਮੇਂ ਤੋਂ ਸ਼ੁਰੂਆਤ ਕਰੀਏ ਤਾਂ ਤਕਰੀਬਨ ਤੜਕੇ ਕਹੀ ਆਪਾਂ 5-6 ਵਜੇ ਦੇ ਦਰਮਿਆਨ ਤੋਂ ਲੈ ਕੇ 7-8 ਵਜੇ ਤੱਕ ਜਿਹੜਾ ਮੌਸਮ ਹੈ ਪੰਜਾਬ ਵਿੱਚ ਉਹ ਹਲਕੀ ਉਹ ਦਰਮਿਆਨੀ ਬੱਦਲਬਾਈ ਵਾਲਾ ਬਣਿਆ ਰਹੇਗਾ। ਮਤਲਬ ਬਹੁਤ ਜ਼ਿਆਦਾ ਸੰਘਣੀ ਬੱਦਲਬਾਈ ਕੁਝ ਕੁ ਇਲਾਕਿਆਂ ਵਿੱਚ ਦੇਖਣ ਨੂੰ ਮਿਲੂਗੀ, ਮਤਲਬ ਪੈਚੀ ਰੂਪ ਵਿੱਚ ਕਿ ਛੋਟੇ ਛੋਟੇ ਪੈਚੀ, ਮਤਲਬ ਕੁਝ ਕੁ ਇਲਾਕੇ ਜਿਵੇਂ ਮੰਨ ਲਈ ਵੀ 5-7 ਪਿੰਡਾਂ ਦਾ ਜਿਹੜਾ ਇਲਾਕਾ ਉਹਦੇ ਵਿੱਚ ਬੱਦਲ ਨੇ ਤਾਂ ਨਾਲ ਦਾ ਇਲਾਕਾ ਜਿਹੜਾ ਬੱਦਲਬਾਈ ਤੋਂ ਰਹਿਤ ਵੀ ਰਹਿ ਸਕਦਾ ਹੈ। ਇਸ ਤਰ੍ਹਾਂ ਜਿਹੜੀ ਬੱਦਲਬਾਈ ਹੈ ਬਣੀ ਰਹੂਗੀ ਸਵੇਰ ਦੇ ਸਮੇਂ, ਮੀਂਹ ਦੇ ਅਸਾਰ ਘੱਟ ਹੋਣਗੇ ਸਵੇਰ ਦੇ ਸਮੇਂ, ਕਿਉਂਕਿ ਜਿਹੜਾ ਇਹ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਪਹਿਲਾ ਭਾਗ ਆ ਉਹ ਅੱਗੇ ਨਿਕਲ ਚੁੱਕਾ ਹੋਵੇਗਾ 12 ਮਾਰਚ ਤੱਕ, ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਉਹਦਾ ਪੜਾਅ ਹੋਵੇਗਾ ਉਹ ਹੋਵੇਗਾ 12 ਮਾਰਚ ਦੁਪਹਿਰ ਤੋਂ। ਤਕਰੀਬਨ ਜੇ 12 ਮਾਰਚ ਸਵੇਰ ਤੋਂ ਦੁਪਹਿਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਿਹੜੇ ਮੀਂਹ ਦੇ ਹਾਲਾਤ ਨੇ ਬਹੁਤ ਘੱਟ ਰਹਿਣਗੇ, ਕੁਝ ਇਲਾਕਿਆਂ ਵਿੱਚ ਜਿਹੜੀ ਹਲਕੀ ਜਿਹੜੀ ਦਰਮਿਆਨੀ ਵਰਖਾ ਉਹ ਦੇਖਣ ਨੂੰ ਮਿਲ ਸਕਦੀ ਹੈ, ਭਾਰੀ ਵਰਖਾ ਦੇ ਅਸਾਰ ਬਿਲਕੁਲ ਨਹੀਂ ਹੋਣਗੇ। ਇਹ ਵੀ ਹੋ ਸਕਦਾ ਵੀ 1-2 ਸਾਲਾਂ ਵਿੱਚ ਸਵੇਰ ਤੋਂ ਦੁਪਹਿਰ ਤੱਕ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਰੂਪ ਵਿੱਚ, ਜਿਹੜੀ ਹਲਕੀ ਟੁੱਟਵੀਂ ਬੱਦਲਬਾਈ ਦੇ ਨਾਲ ਧੁੱਪ ਵੀ ਰਹਿ ਸਕਦੀ ਹੈ। ਅਤੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਿਹੜਾ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਆਉਣ ਜਾ ਰਿਹਾ, ਅਤੇ ਜਿਹਦੇ ਵਿੱਚ ਮੇਨ ਤੌਰ 'ਤੇ ਜਿਹੜੇ ਜ਼ਿਲ੍ਹੇ ਦੇ ਅੰਡਰ ਆਉਣਗੇ ਉਹ ਹੋਣਗੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਸਾਹਿਬ, ਪਠਾਨਕੋਟ, ਅਤੇ ਆਪਣੇ ਜਲੰਧਰ ਹੋ ਗਿਆ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਲੁਧਿਆਣੇ ਜ਼ਿਲ੍ਹੇ ਦੇ ਕਈ ਭਾਗ ਹੋਣਗੇ। ਇਹ ਸਾਰੇ ਇਲਾਕੇ ਜਿਹੜੇ ਅਨੰਦਪੁਰ ਸਾਹਿਬ ਤੱਕ, ਇੱਧਰ ਮਾਛੀਵਾੜਾ ਸਾਹਿਬ ਤੋਂ ਲੈ ਕੇ ਇਹ ਚੰਡੀਗੜ੍ਹ, ਮੋਹਾਲੀ, ਰੂਪਨਗਰ ਏਰੀਆ, ਇਹ ਵੀ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਇਹਨਾਂ ਇਲਾਕਿਆਂ ਵਿੱਚ ਉਮੀਦ ਬਣ ਰਹੀ ਹੈ ਵੀ ਦੁਪਹਿਰ ਤੋਂ ਲੈ ਕੇ ਰਾਤ ਤੱਕ ਕੁਝ ਇਲਾਕਿਆਂ ਵਿੱਚ ਜਿਹੜੀ ਬਰਸਾਤ ਦੀਆਂ ਕਾਰਵਾਈਆਂ ਫਿਰ ਤੋਂ ਸ਼ੁਰੂ ਹੋ ਸਕਦੀਆਂ ਨੇ, ਕਿਉਂਕਿ ਇਹਨਾਂ ਇਲਾਕਿਆਂ ਵਿੱਚ ਜਿਹੜਾ ਇਹ ਇਲਾਕੇ ਪਹਾੜੀ ਏਰੀਏ ਦੇ ਨੇੜੇ ਪੈ ਜਾਂਦੇ ਹਨ ਤਾਂ ਉਹਨਾਂ ਇਲਾਕਿਆਂ ਵਿੱਚ ਮੀਂਹ ਜਿਹੜਾ ਜ਼ਿਆਦਾ ਤਕੜਾ ਪੈਣ ਦੇ ਅਸਾਰ ਰਹਿਣਗੇ। ਜਿਹੜੇ ਪੰਜਾਬ ਦੇ ਤਰਾਈ ਇਲਾਕੇ ਹੁੰਦੇ ਹਨ, ਜਿਹੜੇ ਪਹਾੜੀ ਇਲਾਕਿਆਂ ਦੇ ਲਗਭਗ ਆਪਾਂ ਕਹੀਏ 20-25 ਕਿਲੋਮੀਟਰ ਦੇ ਏਰੀਏ ਦੇ ਕਰੀਬ ਰਹਿੰਦੇ ਨੇ, ਉਹਨਾਂ ਇਲਾਕਿਆਂ ਵਿੱਚ ਕਾਫੀ ਜਿਹੜਾ ਤਕੜਾ ਜੰਗਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ। ਅਤੇ ਬਾਕੀ ਜ਼ਿਲ੍ਹੇ ਜਿਵੇਂ ਇੱਧਰ ਆਪਣੇ ਫਾਜ਼ਿਲਕਾ ਹੋ ਗਿਆ, ਮੁਕਤਸਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਪਟਿਆਲਾ, ਫਿਰੋਜ਼ਪੁਰ ਹੋ ਗਿਆ, ਫਰੀਦਕੋਟ, ਜਿਹੜੇ ਇਹ ਜ਼ਿਲ੍ਹੇ ਹੋਣਗੇ, ਮੋਗਾ, ਇਹਨਾਂ ਵਿੱਚ ਜਿਹੜੇ ਮੀਂਹ ਦੇ ਸਾਰ ਥੋੜ੍ਹੇ ਜਿਹੇ ਘੱਟ ਰਹਿਣਗੇ 12 ਮਾਰਚ ਨੂੰ। ਮਤਲਬ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਪਰ ਇਹ ਨਹੀਂ ਹੋਵੇਗਾ ਵੀ ਲਗਾਤਾਰ ਬਹੁਤ ਜ਼ਿਆਦਾ ਭਾਰੀ ਮੀਂਹ ਇਹਨਾਂ ਜ਼ਿਲ੍ਹਿਆਂ ਵਿੱਚ ਪੈ ਗਿਆ। ਮੌਸਮ ਆ ਜਿਹੜਾ 11 ਮਾਰਚ ਦੇ ਮੁਕਾਬਲੇ ਇਹਨਾਂ ਦਿਨਾਂ ਵਿੱਚ ਜਿਹੜਾ 12 ਮਾਰਚ ਨੂੰ ਇਹਨਾਂ ਜ਼ਿਲ੍ਹਿਆਂ ਵਿੱਚ ਮੌਸਮ ਜਿਹੜਾ ਥੋੜ੍ਹਾ ਜਿਹਾ ਆਪਾਂ ਨੂੰ ਸਾਫ਼ ਮਿਲ ਸਕਦਾ ਹੈ। ਸੋ ਜੇ ਸੰਖੇਪ ਵਿੱਚ ਕਹੀਏ ਤਾਂ ਆਪਾਂ ਵੀ 11 ਮਾਰਚ ਦੇ ਮੁਕਾਬਲੇ 12 ਮਾਰਚ ਨੂੰ ਜਿਹੜੇ ਮੀਂਹ ਦੀਆਂ ਕਾਰਵਾਈਆਂ ਘੱਟ ਹੋਣਗੀਆਂ, ਕੁਝ ਕੁ ਇਲਾਕਿਆਂ ਵਿੱਚ ਜਿਹੜੀ ਹਲਕੀ ਫੁਲਕੀ ਬਰਸਾਤ ਉਹ ਦੇਖਣ ਨੂੰ ਮਿਲ ਸਕਦੀ ਹੈ। ਅਤੇ ਜਿਹੜੇ ਮਾਝਾ ਅਤੇ ਦੁਆਬਾ ਦੇ ਜ਼ਿਲ੍ਹੇ ਹੋਣਗੇ ਮੇਨ ਤੌਰ 'ਤੇ, ਇਹਨਾਂ ਜ਼ਿਲ੍ਹਿਆਂ ਵਿੱਚ ਦੁਪਹਿਰ ਤੋਂ ਬਾਅਦ ਕੁਝ ਕੁ ਇਲਾਕਿਆਂ ਵਿੱਚ ਤੇਜ਼ ਬਰਸਾਤ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ। ਸੋ ਬਾਕੀ ਇਹ ਸੀ 12 ਮਾਰਚ ਦੀ ਜਾਣਕਾਰੀ, ਜੇ ਕੋਈ ਇਹਦੇ ਵਿੱਚ ਅਪਡੇਟ ਆਉਂਦੀ ਹੈ ਤਾਂ ਆਪਾਂ ਸਮੇਂ 'ਤੇ ਤੁਹਾਡੇ ਨਾਲ ਫਿਰ ਸਾਂਝੀ ਕਰਾਂਗੇ, ਅਤੇ ਬਾਕੀ ਅਗਲੇ ਦਿਨਾਂ ਦੀ ਮੌਸਮ ਦੀ ਜਾਣਕਾਰੀ ਤੱਕ ਅਗਲੇ ਦਿਨਾਂ ਵਿੱਚ ਸ਼ੇਅਰ ਕਰਾਂਗੇ। ਸੋ ਉਦੋਂ ਤੱਕ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਘੰਟੀ ਜ਼ਰੂਰ ਨੱਪ ਲਿਓ ਤਾਂ ਜੋ ਹਰ ਪ੍ਰਕਾਰ ਦੀ ਮੌਸਮੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ।